ਹੋ ਜੋੜੀ ਤੇਰੀ ਮੇਰੀ, ਉਹ ਜਿਵੇਂ ਕੋਕਾ ਕੋਲਾ ਨਾਲ ਸੋਫੀਆ ਦਾਰੂਨੀ, ਹਾਏ ਜੋੜੀ ਤੇਰੀ ਮੇਰੀ। ਕੁੜੀ ਪਟਲੀ ਗੱਭਰੂਆ, ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਕਰਕੇ ਵੇ, ਕੁੜੀ ਪਟਲੀ ਗੱਭਰੂਆ। ਤੁਸੀਂ ਜੋ ਮੁਕਾਮ ਹਾਸਿਲ ਕੀਤਾ ਉਹਦੇ ਵਿੱਚ ਜਿਹੜੀ ਕੰਸਿਸਟੈਂਸੀ ਬਣਾ ਕੇ ਰੱਖੀ ਆ ਉਹ ਅਪਰੀਸ਼ੀਏਬਲ ਹੈ। ਔਰ ਉਸੇ ਦੇ ਚੱਲਦੇ ਕਿ ਮੈਡੀਟੇਸ਼ਨ ਵੱਲ ਹੋਣਾ ਆਪਣੇ ਆਪ ਨੂੰ ਨੈਗੇਟਿਵਿਟੀ ਤੋਂ ਦੂਰ ਰੱਖਣ ਲਈ ਹੈ ਕਿ ਦਿਲਜੀਤ ਬ੍ਰੇਕਡਾਊਨ ਹੋ ਕੇ ਵੀ ਸਟਰੋਂਗ ਬਣਿਆ ਰਹੇ? ਦਿਲਜੀਤ ਬਹੁਤ ਵਧੀਆ ਜੀ, ਕਿਸੇ ਨੇ ਸਟਾਰਟ ਕਰਨਾ, ਮੇਰਾ ਐਕਸਪੀਰੀਅੰਸ ਹੋ ਰਿਹਾ ਜਿਹੜਾ ਕਿ ਮੈਂ ਸ਼ਾਇਦ ਨਹੀਂ ਦੱਸ ਸਕਦਾ। ਪਹਿਲਾਂ ਮੈਨੂੰ ਪਤਾ ਨਹੀਂ ਸੀ, ਹੁਣ ਮੇਰੀ ਮਰਜ਼ੀ ਨਹੀਂ, ਮੈਂ ਇਹੀ ਕਿਹਾ ਕਿ ਵੀ ਮੈਨੂੰ ਨਹੀਂ ਪਤਾ ਸੀ ਕੀ ਚੀਜ਼ ਹੈ, ਅਤੇ ਹੁਣ ਮੇਰੀ ਮਰਜ਼ੀ ਨਹੀਂ ਹੈ, ਮੇਰੇ 'ਤੇ ਡਿਪੈਂਡ ਹੀ ਨਹੀਂ ਹੈ। ਰੱਬ ਨੂੰ ਧੰਨਵਾਦ ਕਰ ਰਹੀ ਸੀ ਕਿਉਂਕਿ ਮੈਨੂੰ ਲੱਗਦਾ ਜਿਹੜਾ ਵੀ ਤੁਸੀਂ ਸੁਪਨਾ ਦੇਖਦੇ ਆ ਜਦੋਂ ਪੂਰਾ ਹੁੰਦਾ ਨਾ, ਉਹ ਜਿਹੜੀ ਖੁਸ਼ੀ ਆ ਨਾ, ਉਹ ਗ੍ਰੈਟੀਟਿਊਡ, ਗ੍ਰੇਟਫੁਲ ਹਾਂ ਕਿ ਮੇਰਾ ਇਹ ਸੁਪਨਾ ਪੂਰਾ ਹੋਇਆ। ਮੈਂਟਲੀ ਔਰ ਫਿਜ਼ੀਕਲ ਟਰਾਂਸਫੋਰਮੇਸ਼ਨ ਦੋਨੋਂ ਪੈਰਲਲ ਹੋਣੀਆਂ ਚਾਹੀਦੀਆਂ, ਸੋ ਕਿਸ ਤਰ੍ਹਾਂ ਦੇ ਟਰਾਂਸਫੋਰਮੇਸ਼ਨਸ ਤੁਸੀਂ ਇਸ ਚੈਲੰਜ ਨੂੰ ਐਕਸੈਪਟ ਕਰਨ ਲਈ ਕੀਤੀਆਂ? ਫਿਲਮ ਇੱਕ ਇੱਦਾਂ ਦੀ ਗੱਲ ਆ, ਗਾਣਾ ਤਾਂ ਤੁਸੀਂ ਆਪ ਬਣਾ ਲਓਗੇ, ਦੋ ਕੁ ਜਾਣੇ ਬੰਦੇ ਗਾਣਾ ਬਣਾ ਲੈਂਦੇ ਆ, ਫਿਲਮ ਇੱਕ ਬੰਦੇ ਦੀ ਗੱਲ ਨਹੀਂ। ਫਿਲਮ ਤਾਂ ਬਹੁਤ, ਕਈ ਵਾਰੀ ਬੰਦੇ ਨੇ ਸੋਚਿਆ ਕੁਛ ਹੋਰ ਹੁੰਦਾ, ਉਹ ਜਦੋਂ ਬਣਦਾ ਕੁਛ ਹੋਰ ਬਣ ਜਾਂਦਾ, ਕਿਉਂਕਿ ਉਹ ਫਿਲਮ ਇੱਕ ਬੰਦਾ ਨਹੀਂ ਬਣਾਉਂਦਾ। ਸੋ ਫਿਲਮ ਦਾ ਬਿਜ਼ਨਸ ਰਿਸਕੀ ਬਿਜ਼ਨਸ ਆ, ਸਾਰਿਆਂ ਨੂੰ ਇੱਕ ਪੇਜ 'ਤੇ ਆਉਣਾ ਪੈਂਦਾ। ਪੱਗ ਨੂੰ ਬਹੁਤ ਬਖੂਬੀ ਤਰੀਕੇ ਦੇ ਨਾਲ ਰੀਪ੍ਰਜੈਂਟ ਕਰਦੇ ਹੋ, ਪਲੀਜ਼ ਜਿਹੜਾ ਮਾਨ ਤੁਸੀਂ ਇਹਦੇ ਲਈ ਵਧਾਇਆ, ਮੈਂ ਉਸ ਦੇ ਬਾਰੇ ਤੁਹਾਡਾ ਫੀਲ ਕੀ ਹੈ ਮੈਂ ਜ਼ਰੂਰ ਜਾਣਨਾ ਚਾਹਾਂਗੀ। ਉਹ ਫਿਲਮ ਵਾਲਾ ਜਿਹੜਾ ਮੰਚ ਆਪਾਂ ਜਿੱਥੇ ਗੱਲਾਂ ਕਰਦੇ ਪਏ, ਇਹ ਮੰਚ ਛੋਟਾ, ਇਹ ਟੋਪਿਕ ਬਹੁਤ ਵੱਡਾ। ਮੈਂ ਤਾਂ ਇੱਦਾਂ ਦਾ ਹੀ ਸੀ, ਅਤੇ ਮੈਂ ਇੱਦਾਂ ਦਾ ਹੀ ਚਲਾ ਗਿਆ ਮੈਂ ਜਿੱਥੇ ਸੀਗਾ ਜੀ, ਮੈਂ ਕੋਈ ਸੋਚ ਸਮਝ ਕੇ ਪਲਾਨ ਕਰਕੇ ਨਹੀਂ ਗਿਆ। ਮੈਂ ਸਕੂਲ ਪੱਗ ਬੰਨਦਾ ਹੀ ਸੀ, ਸਕੂਲ ਸਾਡੇ ਇਹ ਸੀ ਵੀ ਜੇ ਤੁਸੀਂ ਪੱਗ ਬੰਨਣੀ ਤਾਂ ਸਕੂਲ ਆਉਣਾ, ਨਹੀਂ ਤਾਂ ਸਕੂਲ ਨਹੀਂ ਆ ਸਕਦੇ। ਪੰਜਾਬੀ ਸੰਗੀਤਕ ਜਗਤ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੁਗਾਨਾ ਜੋੜਿਆਂ ਦਾ ਵੀ ਇੱਕ ਆਪਣਾ ਹੀ ਇਤਿਹਾਸ ਹੈਗਾ, ਪਰ ਬਹੁਤ ਅਫਸੋਸ ਹੁੰਦਾ ਕਿ ਸਾਡੀ ਜਨਰੇਸ਼ਨ ਨੂੰ ਉਹ ਪੀਰੀਅਡ ਜਿਹੜਾ ਹੈ ਉਹ ਦੇਖਣ ਨੂੰ ਹੀ ਨਹੀਂ ਮਿਲਦਾ, ਕਿਤੇ ਨਾ ਕਿਤੇ ਧੁੰਦਲਾ ਪੈ ਰਿਹਾ। ਲੇਕਿਨ ਬੜੀ ਹੀ ਖੂਬਸੂਰਤ ਕੋਸ਼ਿਸ਼ ਕੀਤੀ ਗਈ ਹੈ ਉਸ ਦਹਾਕੇ ਨੂੰ ਵਿਖਾਉਣ ਦੀ, ਫਿਲਮ ਜੋੜੀ ਦੇ ਜ਼ਰੀਏ। ਔਰ ਉਸੇ ਦੇ ਚੱਲਦੇ ਅੱਜ ਸਾਡੇ ਨਾਲ ਨੇ ਪੰਜਾਬ ਦਾ ਮਾਨ, ਸੁਪਰ ਟੈਲੈਂਟਡ, ਬੋਰਨ ਟੂ ਸ਼ਾਈਨ ਦਿਲਜੀਤ ਦੋਸਾਂਝ ਐਂਡ ਸੂਰਤ ਅਤੇ ਸੀਰਤ ਦੀ ਸੋਹਣੀ ਕਲਾ ਦੀ ਧਣੀ ਨਿਮਰਤ ਖਹਿਰਾ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਤੁਹਾਨੂੰ, ਬਹੁਤ ਮੁਬਾਰਕਾਂ ਪਹਿਲੇ ਜੋੜੀ ਲਈ, ਐਂਡ ਬਹੁਤ ਦੋਨੋਂ ਅੱਛੇ ਲੱਗ ਰਹੇ ਹੋ। ਥੈਂਕ ਯੂ, ਧੰਨਵਾਦ ਜੀ। ਜੀ, ਸੋ ਜੋੜੀ ਦੀ ਗੱਲ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹਾਂਗੀ। ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਹੁਣ ਮੈਂ ਕੰਟੈਂਟ 'ਤੇ ਕੰਮ ਕਰਿਆ ਕਰੂੰਗਾ, ਸੋ ਜੋੜੀ ਲਈ ਤੁਸੀਂ ਹਾਮੀ ਭਰੀ ਹੈ, ਉਸ ਕਿਰਦਾਰ ਦੇ ਲਈ ਤੁਸੀਂ ਹਾਮੀ ਭਰੀ ਹੈ, ਦਿਲਜੀਤ ਫਸਟ ਥੋਟ ਕੀ ਸੀ ਮਾਇੰਡ ਦੇ ਉੱਤੇ, ਕਿਉਂਕਿ ਬਹੁਤ ਅਲੱਗ ਜਿਹਾ ਕੋਨਸੈਪਟ ਹੈ? ਕਹਾਣੀ ਵਧੀਆ ਸੀ ਫਿਲਮ ਦੀ, ਮਤਲਬ ਜੋੜੀ ਆ ਤਾਂ ਤੁਸੀਂ ਦੇਖ ਹੀ ਰਹੇ ਗਾਉਣ ਵਾਲੀ ਜੋੜੀ, ਪਰ ਜਿਹੜੀ ਇੱਕ ਹਸਬੈਂਡ ਵਾਈਫ ਦੀ ਜੋੜੀ, ਇੱਕ ਉਹਨਾਂ ਦੀ ਵੀ ਇੱਕ ਕਹਾਣੀ ਹੈ ਜਿਹੜੀ ਤੁਸੀਂ ਫਿਲਮ ਦੇ ਵਿੱਚ ਦੇਖੋਗੇ, ਜਿਹੜੀ ਸ਼ਾਇਦ ਹਲੇ ਟ੍ਰੇਲਰ 'ਚ ਉਨੀ ਖੁੱਲ੍ਹ ਕੇ ਨਹੀਂ ਆਈ, ਪਰ ਉਹ ਵੀ ਪੈਰਲਰ ਹੀ ਨਾਲ ਚੱਲਦੀ ਹੈ। ਇਹ ਇਸ ਕਰਕੇ ਮੈਨੂੰ ਵਧੀਆ ਲੱਗੀ ਸੀ ਕਹਾਣੀ, ਕਿ ਸਿਰਫ ਦੁਗਾਣਾ ਜੋੜੀ ਦੀ ਕਹਾਣੀ ਨਹੀਂ ਹੈ, ਇੱਕ ਇਨਸਾਨੀ ਜਿਹੜੇ ਰਿਸ਼ਤੇ ਆ ਉਹਨਾਂ 'ਚ ਜਿਹੜੀਆਂ ਖੁਸ਼ੀ ਗਮੀ ਦੇ ਪਲ ਹੁੰਦੇ ਆ ਉਹ ਵੀ ਵਧੀਆ ਦਿਖਾਏ ਗਏ ਜੀ। ਸੋ ਨਿਮਰਤ,
ਤੁਸੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਬੜਾ ਐਡਮਾਇਰ ਕਰਦੇ ਹੋ, ਤੁਸੀਂ ਕਾਫੀ ਵਾਰ ਜ਼ਿਕਰ ਕੀਤਾ ਹੈ। ਜਿਸ ਇਨਸਾਨ ਨੂੰ ਅਸੀਂ ਪਸੰਦ ਕਰਦੇ ਹੁੰਦੇ ਹਾਂ, ਜਿਹਦੇ ਕੰਮ ਦੀ ਅਸੀਂ ਜਿਹਨੂੰ ਐਡਮਾਇਰ ਕਰਦੇ ਹੁੰਦੇ ਹਾਂ, ਜਦੋਂ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ, ਤਾਂ ਉਸ ਟਾਈਮ ਇਨਸਾਨ ਨਿਮਰਤ ਉਸ ਟਾਈਮ ਕੀ ਸੋਚ ਰਹੀ ਸੀ? ਨਰਵਸ ਸੀ ਜਾਂ ਐਕਸਾਈਟਮੈਂਟ ਸੀ ਜਾਂ ਇੱਕ ਚੈਲੰਜ ਲੱਗ ਰਿਹਾ ਸੀ ਲਾਈਫ ਲਈ? ਨਰਵਸ ਵੀ ਸੀ, ਐਕਸਾਈਟਿੰਗ ਵੀ ਸੀ, ਔਰ ਜ਼ਿਆਦਾ ਧੰਨਵਾਦੀ ਸੀ, ਰੱਬ ਨੂੰ ਧੰਨਵਾਦ ਕਰ ਰਹੀ ਸੀ, ਕਿਉਂਕਿ ਮੈਨੂੰ ਲੱਗਦਾ ਜਿਹੜਾ ਵੀ ਤੁਸੀਂ ਸੁਪਨਾ ਦੇਖਦੇ ਹਾਂ ਜਦੋਂ ਉਹ ਪੂਰਾ ਹੁੰਦਾ ਨਾ, ਉਹ ਜਿਹੜੀ ਖੁਸ਼ੀ ਹੈ ਨਾ, ਉਹ ਗ੍ਰੈਟੀਟਿਊਡ, ਗ੍ਰੇਟਫੁਲ ਹਾਂ ਕਿ ਮੇਰਾ ਇਹ ਸੁਪਨਾ ਪੂਰਾ ਹੋਇਆ। ਤੁਹਾਨੂੰ ਪਤਾ ਜਦੋਂ ਇਹਨਾਂ ਨੂੰ ਬਾਲੀਵੁੱਡ ਦੇ ਵਿੱਚ ਮਤਲਬ ਮੌਕਾ ਮਿਲਿਆ ਸੀ ਕਰੀਨਾ ਨਾਲ ਕੰਮ ਕਰਨ ਦਾ, ਤਾਂ ਇਹਨਾਂ ਨੇ ਸਵੇਰੇ ਉੱਠ ਕੇ ਕਿਹਾ ਸੀ ਕਿ ਮਤਲਬ ਦੇਖਿਆ ਕਿ ਜੱਟਾ ਉੱਠ ਹੋਇਆ, ਅੱਜ ਕਰੀਨਾ ਨਾਲ ਕੰਮ ਕਰਨਾ ਖੁਦ ਨੂੰ ਮੋਟੀਵੇਟ ਕਰਨ ਦੇ ਲਈ। ਸੋ ਨਿਮਰਤ ਜਿਹੜੀ ਫਸਟ ਡੇ ਸ਼ੂਟ ਸੀਗਾ ਜਦੋਂ ਤੁਸੀਂ ਉਹਨਾਂ ਨਾਲ ਫਸਟ ਸ਼ਾਟ ਲੈਣਾ ਸੀਗਾ, ਅਤੇ ਉਦੋਂ ਤੁਹਾਡਾ ਉਹ ਮੋਰਨਿੰਗ, ਆਈ ਮੀਨ ਮੈਂ ਜ਼ਰੂਰ ਜਾਣਨਾ ਚਾਹਾਂਗੀ ਉਹ ਫੀਲ ਕੀ ਸੀ? ਨਹੀਂ ਮੈਂ ਤਾਂ ਬਹੁਤ ਨਰਵਸ ਸੀ। ਨਰਵਸ ਸੀ? ਬਹੁਤ ਨਰਵਸ ਸੀ, ਬਹੁਤ ਜ਼ਿਆਦਾ। ਫਿਰ ਕਿਸ ਤਰ੍ਹਾਂ ਖੁਦ ਨੂੰ ਮੋਟੀਵੇਟ ਕੀਤਾ? ਜਦੋਂ ਫਿਰ ਥੋੜ੍ਹਾ ਆਈਸ ਬ੍ਰੇਕ ਹੋ ਜਾਂਦੀ ਹੈ ਜਦੋਂ ਤੁਸੀਂ 6-7 ਦਿਨ ਕੰਮ ਕਰਦੇ ਹਾਂ ਅਤੇ। ਓਕੇ, ਸੋ ਦਿਲਜੀਤ ਜੀ, ਜਿਹੜੀ ਇਹ ਫਿਲਮ ਹੈ, ਇਸ ਦਾ ਜਿਹੜਾ ਕਿਰਦਾਰ ਹੈ, ਤੁਸੀਂ ਅਸਲ ਜ਼ਿੰਦਗੀ 'ਚ ਵੀ ਕਲਾਕਾਰ ਹੋ, ਲੇਕਿਨ ਉਹ ਜਿਹੜਾ ਕਲਾਕਾਰੀ ਵਾਲਾ ਤੁਸੀਂ ਇੱਕ ਕਿਰਦਾਰ ਨਿਭਾਇਆ, ਮੈਨੂੰ ਲੱਗਦਾ ਕਿਸੇ ਵੀ ਕਰੈਕਟਰ ਨੂੰ ਅਡੋਪਟ ਕਰਨ ਦੇ ਲਈ ਮੈਂਟਲੀ ਔਰ ਫਿਜ਼ੀਕਲ ਟਰਾਂਸਫੋਰਮੇਸ਼ਨ ਦੋਨੋਂ ਪੈਰਲਲ ਹੋਣੀਆਂ ਚਾਹੀਦੀਆਂ। ਸੋ ਕਿਸ ਤਰ੍ਹਾਂ ਦੇ ਟਰਾਂਸਫੋਰਮੇਸ਼ਨਸ ਤੁਸੀਂ ਇਸ ਚੈਲੰਜ ਨੂੰ ਐਕਸੈਪਟ ਕਰਨ ਲਈ ਕੀਤੀਆਂ ਨੇ? ਇਹ ਜਿਹੜੀ ਕਹਾਣੀ ਸੀ, ਇਹ ਉਹਦੇ ਮੁਤਾਬਕ ਕਿਰਦਾਰ ਕੀ ਕਹਿੰਦਾ, ਬੇਸਿਕਲੀ ਤਾਂ ਮੇਰੀ ਇਹੀ ਥੋਟ ਹੁੰਦਾ ਕਿ ਜੋ ਡਾਇਰੈਕਟਰ ਕਹਿੰਦਾ ਮੈਂ ਉਹੀ ਕਰਾਂ, ਜੋ ਡਾਇਰੈਕਟਰ ਦੇ ਮਨ 'ਚ ਹੈ। ਜੇ ਉਹਨੂੰ ਚਾਹੀਦਾ ਕਿ ਇਹਦਾ 1 ਕਿਲੋ ਭਾਰ ਹੋਣਾ ਚਾਹੀਦਾ ਤਾਂ ਠੀਕ ਹੈ ਬਈ, ਉੱਥੇ ਆ ਜਾਂਦੇ ਹਾਂ, ਅਤੇ ਉਹ ਇਹ ਕਲਾਕਾਰ ਜਿਹੜਾ ਕਿਰਦਾਰ ਹੈ ਇੱਦਾਂ ਬੋਲਣਾ ਚਾਹੀਦਾ ਤਾਂ ਉੱਦਾਂ ਬੋਲਣ ਲੱਗ ਪੈਂਦੇ ਹਾਂ। ਸੋ ਕਠਪੁਤਲੀ ਹੁੰਦਾ ਕਰੈਕਟ ਆਰਟਿਸਟ ਤਾਂ ਡਾਇਰੈਕਟਰ ਦੀ, ਅਤੇ ਸੋ ਅਸੀਂ ਕਠਪੁਤਲੀਆਂ ਹੀ ਹਾਂ, ਇਹੀ ਕਹਿ ਲਓ। ਹਾਂਜੀ, ਅਤੇ ਨਿਮਰਤ ਜਿਹੜਾ ਤੁਹਾਡਾ ਇਹਦੇ ਵਿੱਚ ਇੱਕ ਤੁਹਾਡਾ ਅਟਾਇਰ ਹੈ ਜਾਂ ਫਿਰ ਤੁਹਾਡਾ ਮੇਕਅਪ ਹੈ, ਫੈਸ਼ਨ ਸੈਂਸ ਹੈ, ਇਹਨਾਂ ਚੀਜ਼ਾਂ ਲਈ ਤੁਹਾਡਾ ਹੋਮਵਰਕ ਵੀ ਅੱਛਾ ਖਾਸਾ ਰਿਹਾ? ਮੈਂ ਵੀ ਉਵੇਂ ਜਿਵੇਂ ਅੰਬਰਦੀਪ ਸਰ ਹੋਣਾ ਨੇ ਦੱਸਿਆ ਕਿ ਇਵੇਂ ਮੇਕਅਪ ਹੋਣਾ ਚਾਹੀਦਾ, ਇਵੇਂ ਕਰੈਕਟਰ ਆ ਉਵੇਂ ਜੀ। ਤੁਸੀਂ ਜਦੋਂ ਸਟੇਜ 'ਤੇ ਖੜ੍ਹਦੇ ਸੀਗੇ, ਕਿਉਂਕਿ ਤੁਸੀਂ ਇੱਕ ਦਹਾਕਾ ਵਿਖਾਇਆ ਹੈ ਨਾ, ਸੋ ਅਸੀਂ ਤਾਂ ਨਹੀਂ ਫੀਲ ਕਰ ਸਕਦੇ ਕਿ ਉਹ ਕਲਾਕਾਰ ਕੀ ਸੋਚਦੇ ਹੋਣਗੇ ਜਾਂ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹੋਣਗੇ। ਤੁਹਾਡੇ ਲਈ ਤਾਂ ਰਿਸਰਚ ਵਰਕ ਆਈ ਮੀਨ ਕੀਤਾ ਗਿਆ ਹੁੰਦਾ ਆਲਰੇਡੀ, ਬਟ ਦਿਲਜੀਤ ਜੀ ਤੁਸੀਂ ਐਕਸਟਰਾ ਰਿਸਰਚ ਵਰਕ ਵੀ ਕੀਤਾ ਇਸ ਦੇ ਲਈ ਵੀ ਕਿਸ ਤਰ੍ਹਾਂ ਦੀ ਬਾਡੀ ਲੈਂਗੁਏਜ ਹੋਣੀ ਚਾਹੀਦੀ ਹੈ, ਕਿਸ ਤਰੀਕੇ ਦੇ ਨਾਲ ਮੇਰਾ ਇੱਥੇ ਐਕਸਪ੍ਰੈਸ਼ਨ ਹੋਣਾ ਚਾਹੀਦਾ? ਕਿਉਂਕਿ ਪ੍ਰੋਪਰ ਬਾਇਓਪਿਕ ਨਹੀਂ ਹੈ। ਹਾਂਜੀ, ਇਹ ਜਦੋਂ ਤੁਸੀਂ ਬਾਇਓਪਿਕ 'ਤੇ ਕੰਮ ਕਰਦੇ ਹੋ ਉਦੋਂ 100% ਤੁਸੀਂ ਕਿੱਦਾਂ ਦਿਖਦੇ ਆ, ਤੁਸੀਂ ਕਿੱਦਾਂ ਬੋਲਦੇ ਆ, ਕਿੱਦਾਂ ਖੜ੍ਹਦੇ ਆ, ਉਹ ਕਿਰਦਾਰ ਕਿੰਨਾ ਕੁ ਡਾਂਸ ਕਰਦਾ, ਕਿੰਨਾ ਕੁ ਉਹ ਬੋਲਦਾ, ਔਰ ਕਿਹੜੀ ਚੀਜ਼ ਨੂੰ ਕਿੱਦਾਂ ਰਿਐਕਟ ਕਰਦਾ, ਫਿਰ ਉਸ ਚੀਜ਼ 'ਤੇ ਬਹੁਤ ਜ਼ਿਆਦਾ ਫੋਕਸ ਹੋਣਾ ਪੈਂਦਾ ਕਿ ਤੁਸੀਂ ਗਲਤੀ ਨਹੀਂ ਕਰ ਸਕਦੇ। ਪਰ ਇਹ ਫਿਲਮ ਜਿਹੜੀ ਸੀ ਉਹ ਇੱਦਾਂ ਨਹੀਂ ਸੀ ਕਿ ਬਾਇਓਪਿਕ ਹੈ, ਤਾਂ ਜੋੜੀ ਦੀ ਫਿਲਮ ਸੀ ਔਰ ਇੱਕ ਕਾਲਪਨਿਕ ਕਿਰਦਾਰ ਹੈ, ਸੋ ਇਹਦੇ 'ਚ ਮੈਂ ਜੋ ਚਾਹੁੰਦਾ ਉਹ ਕਰ ਸਕਦਾ ਸੀ, ਅਤੇ ਇਸ ਕਰਕੇ ਮੈਂ ਇੱਦਾਂ ਨਹੀਂ ਇਹਦੇ 'ਤੇ ਕੰਮ ਕੀਤਾ ਕਿ ਮੈਨੂੰ ਮੇਰਾ ਬੋਡੀ ਜਿਹੜਾ ਮੇਰੀ ਲੈਂਗੁਏਜ ਆ ਹੋਣੀ ਚਾਹੀਦੀ, ਬੋਲਦਾ ਮੈਂ ਇੱਦਾਂ ਚਾਹੀਦਾ, ਲੁੱਕ ਆ ਚਾਹੀਦਾ, ਇੱਦਾਂ ਮੈਂ ਕੋਈ ਕੰਮ ਨਹੀਂ ਕੀਤਾ। ਬਟ ਓਬਵੀਅਸਲੀ ਕਿਉਂਕਿ ਅਸੀਂ ਬਹੁਤ ਤਰ੍ਹਾਂ ਦੇ ਗਾਣੇ ਜਦੋਂ ਅਸੀਂ ਐਜ਼ ਐਨ ਆਰਟਿਸਟ ਬੜੇ ਗਾਣੇ ਸੁਣਦੇ ਹਾਂ ਅਸੀਂ, ਤਾਂ ਇਹ ਗਾਣੇ ਵੀ ਅਸੀਂ ਪੁਰਾਣੇ ਵੀ ਸੁਣਦੇ ਸੀ ਔਲਰੇਡੀ, ਅਸੀਂ ਕੰਪੋਜ਼ ਬੜੀਆਂ ਪਿਆਰੀਆਂ ਹੁੰਦੀਆਂ। ਸੋ ਜਦੋਂ ਮੌਕਾ ਮਿਲਿਆ ਕਿ ਇੱਦਾਂ ਦੇ ਮਿਊਜ਼ਿਕ ਦੇ ਵਿੱਚ ਇੱਦਾਂ ਦੀ ਫਿਲਮ ਦੇ ਵਿੱਚ ਕੰਮ ਕਰਨ ਦਾ,
ਤਾਂ ਇਕੁਅਲ ਅਸੀਂ ਨਿਮਰ ਜੀ ਨੇ ਵੀ ਪਹਿਲਾਂ ਦੱਸਿਆ ਕਿ ਅਸੀਂ ਐਕਸਾਈਟਡ ਸੀਗੇ ਕਿ ਸਾਨੂੰ ਵੀ ਇਸ ਟਾਈਮ ਜੀਣ ਦਾ ਮੌਕਾ ਮਿਲ ਰਿਹਾ। ਹਾਂਜੀ, ਸੋ ਤੁਸੀਂ ਜਿੱਦਾਂ ਪਹਿਲੇ ਵੀ ਮੈਂ ਸੁਣ ਰਹੀ ਸੀ, ਤੁਸੀਂ ਕਹੇ ਵੀ ਘਰੇਲੂ ਅਤੇ ਇਹ ਵਾਲਾ ਜਿਹੜਾ ਇੱਕ ਦਿਖਾਇਆ ਗਿਆ ਇਮੋਸ਼ਨ ਦਿਖਾਇਆ ਗਿਆ ਕਹਿ ਸਕਦੇ ਹਾਂ, ਸੋ ਪੈਰਲਲ ਲਿਆ ਗਿਆ, ਬਟ ਕੀ ਕੁਛ ਸੀਨਸ ਇਹੋ ਜਿਹੇ ਸੀ ਜਿਹੜੇ ਦਿਲਜੀਤ ਲਈ ਬਹੁਤ ਚੈਲੇਂਜਿੰਗ ਹੋ ਚੁੱਕੇ ਸੀ, ਕਿਉਂਕਿ ਐਕਚੁਅਲ 'ਚ ਤੁਸੀਂ ਚਾਹੇ ਇੰਸਪਾਇਰਡ ਨਹੀਂ ਹੈ ਜਾਂ ਬਾਇਓਪਿਕ ਨਹੀਂ ਹੈ, ਬਟ ਇੱਕ ਦੌਰ ਤਾਂ ਉਹ ਸੀਗਾ ਉਸ ਦੇ ਵਿੱਚ ਜਿਹੜਾ ਅਸੀਂ ਟ੍ਰੇਲਰ 'ਚ ਵੀ ਵੇਖ ਪਾ ਰਹੇ ਹਾਂ, ਸੋ ਕੀ ਉਹ ਤੁਹਾਡੇ ਲਈ ਕਰਨਾ ਕਿਤੇ ਨਾ ਕਿਤੇ ਤੁਹਾਨੂੰ ਵੀ ਕਿਤੇ ਨਾ ਕਿਤੇ ਉਹਦਾ ਮੈਂਟਲ ਸਟ੍ਰੈਸ ਰਿਹਾ, ਜਾਂ ਤੁਸੀਂ ਕੀ ਮਹਿਸੂਸ ਕਰਦੇ ਸੀ ਕੁਛ ਸਪੈਸੀਫਿਕ ਸੀਨਸ ਨੂੰ ਸ਼ੂਟ ਕਰਨ ਲੱਗੇ? ਮੈਨੂੰ ਲੱਗਦਾ ਇਹਦੇ 'ਚ ਨਾ ਹੀ ਚਲੋ ਜਿਹੜੇ ਦੇਖਦੇ ਉਹ ਤਾਂ ਕਲਾਕਾਰਾਂ ਨੂੰ ਦੇਖਦੇ ਆ, ਟੀਮ ਬਹੁਤ ਵੱਡੀ ਲੱਗਦੀ ਹੈ ਜਦੋਂ ਤੁਸੀਂ ਇੱਕ ਪੀਰੀਅਡ ਫਿਲਮ ਨੂੰ ਸ਼ੁਰੂ ਕਰ ਲੈਂਦੇ ਆ, ਅਤੇ ਉਹਦੇ 'ਚ ਫਿਰ ਬਹੁਤ ਟੀਮ ਦਾ ਕੰਮ ਲੱਗਦਾ ਹੈ, ਅਤੇ ਉਹ ਮੈਨੂੰ ਲੱਗਦਾ ਜਿਹੜੀ ਟੀਮ ਵਰਕ ਅੰਬਰ ਭਾਅ ਜੀ ਉਹਨਾਂ ਦੀ ਜਿਹੜੀ ਟੀਮ ਸੀ, ਜਾਂ ਜਿਹੜੇ ਸਾਡੇ ਪ੍ਰੋਡਿਊਸਰ ਆ ਦਲਜੀਤ ਸਿੰਘ ਭਾਅ ਜੀ, ਕਾਰਜ ਬਾਈ ਹੋਣੀ, ਅਮਰਿੰਦਰ ਭਾਅ ਜੀ ਹੋਣੀ, ਇਹਨਾਂ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਇਸ ਚੀਜ਼ 'ਤੇ ਪਹਿਲਾਂ, ਅਤੇ ਈਵਨ ਜਿਹੜੇ ਸੈੱਟ ਦੇ ਉੱਤੇ ਮੁੰਡੇ ਕੰਮ ਕਰਦੇ ਸੀਗੇ, ਚਾਹੇ ਉਹ ਕੋਈ ਆਰਟ ਦਾ ਕੰਮ ਕਰ ਰਹੇ ਸੀ, ਚਾਹੇ ਕੋਈ ਏ ਡੀ ਸੀਗੇ ਜਾਂ ਹੋਰ ਸਾਊਂਡ ਦਾ ਕੋਈ ਕੰਮ ਦੇਖ ਰਹੇ ਸੀ, ਉਹਨਾਂ ਦੀ ਬਹੁਤ ਬੰਦਿਆਂ ਦੀ ਮਿਹਨਤ ਹੁੰਦੀ ਹੈ, ਦੇਖਦੇ ਤਾਂ ਕਲਾਕਾਰ ਹੁੰਦੇ ਥੋੜ੍ਹੇ ਜਿਹੇ ਮੂਹਰੇ, ਸੋ ਉਹਨਾਂ ਦੀ ਮੈਂ ਕਹੂੰਗਾ ਮਿਹਨਤ ਜ਼ਿਆਦਾ ਸੀ ਸਾਡੇ ਨਾਲੋਂ, ਸਾਡਾ ਤਾਂ ਕੰਮ ਸੀ ਜੋ ਲਿਖਿਆ ਬਸ ਇਹੀ ਬੋਲ ਦੇਣਾ, ਸੋ ਅਸੀਂ ਤਾਂ ਉਹਨਾਂ ਕੀ ਕੀਤਾ ਜੀ ਜੀ। ਸੋ ਤੁਸੀਂ ਜਦੋਂ ਸਟੇਜ 'ਤੇ ਉਹਨਾਂ ਨਾਲ ਪਰਫੋਰਮ ਕਰਨ ਵਾਲਾ ਇੱਕ ਸੀਨ ਅਸੀਂ ਦੇਖ ਪਾ ਰਹੇ ਹਾਂ, ਹੈ ਨਾ, ਗਾਣਾ ਕੀ ਫੀਲ ਸੀ? ਅਸੀਂ ਜਾਣਦੇ ਕਿ ਉਹਨਾਂ ਨੇ ਨਾ ਮਾਤਰ ਡੂ ਇਟ ਐਕਚੁਅਲ ਲਾਈਫ ਦੇ ਵਿੱਚ ਵੀ ਕੀਤੇ ਨੇਗੇ, ਸੋ ਤੁਹਾਨੂੰ ਮੌਕਾ ਮਿਲਿਆ ਜੋ ਕਿ ਤੁਸੀਂ ਚਾਹੁੰਦੇ ਵੀ ਸੀਗੇ, ਅਤੇ ਉਹ ਯਾਦ ਹੈ ਉਹ ਵਾਲੇ ਮੂਮੈਂਟ ਫਰੈਸ਼ ਨੇ ਮਾਇੰਡ ਦੇ ਵਿੱਚ ਜਦੋਂ ਸ਼ੋਟ ਸੀ? ਪਲੀਜ਼ ਸਾਡੇ ਨਾਲ ਸਾਂਝੇ ਕਰੋ। ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਆਨਸਰ ਹੈ ਕਿ ਬਹੁਤ ਵਧੀਆ ਲੱਗਾ ਸੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਤੁਸੀਂ ਜੋ ਸੋਚਦੇ ਆ ਜਦੋਂ ਰਿਐਲਿਟੀ 'ਚ ਤੁਹਾਡੇ ਨਾਲ ਹੁੰਦਾ ਆ, ਤਾਂ ਤੁਸੀਂ ਸਮਝ ਸਕਦੇ ਆ ਕਿਵੇਂ ਦਾ ਫੀਲ ਲੱਗਾ। ਇਹ ਅੰਗਰੇਜ਼ੀ ਦਾ ਸ਼ਬਦ ਆਏਗਾ, ਠੀਕ ਹੈ, ਯੂ ਕੈਨ ਅੰਡਰਸਟੈਂਡ ਟਾਈਪ ਕੁਝ ਹੋਣਾ ਸੀ। ਅੱਛਾ, ਸਾਡੀ ਪੰਜਾਬੀ ਇੰਡਸਟਰੀ ਕਹਿੰਦੇ ਵੀ ਬੜੀ ਗਰੋ ਕਰ ਰਹੀ ਹੈ, ਬੜਾ ਕੁਛ ਹੈ, ਕਰ ਵੀ ਰਹੀ ਹੈ, ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਬਟ ਜਿੱਦਾਂ ਰਿਧਮ ਦੇ ਨਾਲ ਇਹ ਫਿਲਮ ਜਿਹੜੀ ਹੈ ਉਹਨਾਂ ਦੀ ਹੈ, ਅਤੇ ਅਮਰਿੰਦਰ ਗਿੱਲ ਦੀ ਗੱਲ ਕਰੀਏ, ਭਾਵੇਂ ਹੁਣ ਤੁਹਾਡੀ ਗੱਲ ਕਰੀਏ, ਕਹਿੰਦੇ ਵੀ ਮਿਸਟਰ ਪਰਫੈਕਸ਼ਨਿਸਟ ਨੇਗੇ, ਇਹਨਾਂ ਨੂੰ ਕੰਮ ਐਕਿਊਰੇਟ ਚਾਹੀਦਾ ਬਿਲਕੁਲ, ਸੋ ਤੁਸੀਂ ਐਕਿਊਰੇਸੀ ਨੂੰ, ਤੁਸੀਂ ਪਰਫੈਕਸ਼ਨ ਨੂੰ ਪੰਜਾਬੀ ਫਿਲਮਾਂ ਜੋ ਲਗਾਤਾਰ ਬਣ ਰਹੀਆਂ ਨੇ, ਪਸੰਦ ਕੀਤੀਆਂ ਵੀ ਜਾ ਰਹੀਆਂ, ਨਹੀਂ ਵੀ ਕੀਤੀਆਂ ਜਾ ਰਹੀਆਂ, ਦਿਲਜੀਤ ਬਤੌਰ ਕਲਾਕਾਰ ਕਿਵੇਂ ਦੇਖਦੇ ਹੋ? ਜੀ ਜਿਹੜੀ ਇਹ ਗੱਲ ਆ ਨਾ ਐਕੂਰੇਸੀ ਦੀ, ਇਹ ਇੱਦਾਂ ਦਾ ਕੋਈ ਸ਼ਬਦ ਨਹੀਂ ਹੈ ਮੈਨੂੰ ਲੱਗਦਾ। ਜਿੰਨੀ ਤੁਸੀਂ ਮਿਹਨਤ ਕਰੀ ਜਾਓਗੇ ਉਸ ਕੰਮ ਨੂੰ ਹੋਰ ਸੁਧਾਰੀ ਜਾਓਗੇ। ਜੇ ਤੁਸੀਂ ਕਹੋ ਵੀ ਆਹ ਹੁਣ ਪਰਫੈਕਟ ਹੋ ਗਿਆ, ਪਰਫੈਕਟ ਤਾਂ ਨਹੀਂ ਹੋ ਸਕਦਾ ਜੀ, ਉਹਨੂੰ ਉਹ 'ਤੇ ਤੁਸੀਂ ਹੋਰ ਮਿਹਨਤ ਕਰਕੇ ਉਹਨੂੰ ਹੋਰ ਸੁਧਾਰ ਸਕਦੇ ਹਾਂ। ਆਪਣੇ ਵੱਲੋਂ 100% ਹਰ ਬੰਦਾ ਦੇਣ ਦੀ ਕੋਸ਼ਿਸ਼ ਕਰਦਾ। ਮੈਂ ਆਪਣੀ ਗੱਲ ਕਰ ਸਕਦਾ, ਮੈਨੂੰ ਕਿਸੇ ਦਾ ਤਾਂ ਨਹੀਂ ਪਤਾ, ਮੈਂ ਤਾਂ ਕੋਸ਼ਿਸ਼ ਕਰਦਾ ਹੀ ਆਪਣੇ ਵੱਲੋਂ 100% ਦੇਵਾਂ। ਹੋ ਸਕਦਾ ਕਦੇ ਗਲਤ, ਕਈ ਵਾਰੀ ਮਿਹਨਤ ਤੁਸੀਂ ਗਲਤ ਵੇ ਨੂੰ ਪਾਸੇ ਨੂੰ ਵੀ ਮਿਹਨਤ ਕਰ ਲੈਂਦੇ ਹਾਂ, ਤੁਹਾਨੂੰ ਨਹੀਂ ਪਤਾ ਹੁੰਦਾ, ਤੁਸੀਂ ਤਾਂ ਫੁੱਲ ਮਿਹਨਤ ਕਰੀ ਜਾਂਦੇ ਹੁੰਦੇ ਹਾਂ, ਪਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਉਹ ਕਈ ਵਾਰੀ ਸਬਜੈਕਟ ਵੀ ਲੋਕਾਂ ਨਾਲ ਰਿਲੇਟ ਨਹੀਂ ਕਰਦਾ, ਪਰ ਤੁਸੀਂ ਤਾਂ ਮਿਹਨਤ ਕਰ ਰਹੇ ਹੁੰਦੇ ਹਾਂ। ਸੋ ਮੈਂ ਤਾਂ ਆਪਣੇ ਨੂੰ ਕੋਸ਼ਿਸ਼ ਕਰਦਾ ਜੀ ਮਿਹਨਤ ਕਰਾਂ, ਅਤੇ ਬਾਕੀ ਉਹ ਹੁਣ ਕਿੰਨਾ ਕੁ ਸਹੀ ਹੋ ਕੇ ਜਾਂ ਲੋਕਾਂ ਨਾਲ, ਫਿਲਮ ਇੱਕ ਇੱਦਾਂ ਦੀ ਗੱਲ ਆ, ਗਾਣਾ ਤਾਂ ਤੁਸੀਂ ਆਪ ਬਣਾ ਲਓਗੇ, ਦੋ ਕੁ ਜਣੇ ਬੰਦੇ ਗਾਣਾ ਬਣਾ ਲੈਂਦੇ ਆ, ਫਿਲਮ ਇੱਕ ਬੰਦੇ ਦੀ ਗੱਲ ਨਹੀਂ ਹੈਗੀ, ਫਿਲਮ ਤਾਂ ਬਹੁਤ, ਕਈ ਵਾਰੀ ਬੰਦੇ ਨੇ ਸੋਚਿਆ ਕੁਛ ਹੋਰ ਹੁੰਦਾ, ਉਹ ਜਦੋਂ ਬਣਦਾ ਕੁਛ ਹੋਰ ਬਣ ਜਾਂਦਾ, ਕਿਉਂਕਿ ਉਹ ਫਿਲਮ ਇੱਕ ਬੰਦਾ ਨਹੀਂ ਬਣਾਉਂਦਾ। ਸੋ ਫਿਲਮ ਦਾ ਬਿਜ਼ਨਸ ਰਿਸਕੀ ਬਿਜ਼ਨਸ ਆ, ਸਾਰਿਆਂ ਨੂੰ ਇੱਕ ਪੇਜ 'ਤੇ ਆਉਣਾ ਪੈਂਦਾ। ਹਾਂਜੀ, ਤੁਸੀਂ ਬਹੁਤ ਮਾਣ ਵਧਾਇਆ ਹੈ ਪੰਜਾਬ ਦਾ, ਤੁਸੀਂ ਇੰਡੀਆ ਨੂੰ ਬਹੁਤ ਬਾਖੂਬੀ ਤਰੀਕੇ ਦੇ ਨਾਲ ਰਿਪ੍ਰਜੈਂਟ ਕਰ ਰਹੇ ਹੋ ਇੰਟਰਨੈਸ਼ਨਲੀ। ਦਿਲਜੀਤ, ਤੁਸੀਂ ਇੱਕ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਹੈਰਾਨ ਹੁੰਦੇ ਹੋ ਬਾਲੀਵੁੱਡ ਦੀਆਂ ਫਿਲਮਾਂ ਵੇਖ ਕੇ ਵੀ ਸਰਦਾਰ ਨੂੰ ਕੌਮਿਕ
ਕਰੈਕਟਰਸ ਦੇ ਵਾਸਤੇ ਹੀ ਕਿਉਂ ਰੱਖਿਆ ਹੋਇਆ ਵੀ ਇਹ ਕਿਹੜੇ ਹੈਗੇ ਨੇ? ਹਾਂਜੀ, ਕਿ ਮਤਲਬ ਅਸੀਂ ਤਾਂ ਨਹੀਂ ਦੇਖਦੇ, ਅਸੀਂ ਤਾਂ ਵੀ ਪੰਜਾਬ 'ਚ ਰਹਿੰਦੇ ਹਾਂ ਔਰ ਇਹ ਗਵਾਹ ਹੈ ਇਤਿਹਾਸ ਸਾਡਾ ਕਿ ਬਹੁਤ ਸ਼ਹੀਦੀਆਂ ਦਿੱਤੀਆਂ ਗਈਆਂ ਨੇ, ਇੱਕ ਤੁਹਾਡਾ ਜਿਹੜਾ ਇਤਿਹਾਸ ਹੈ ਅੱਜ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸੋ ਤੁਸੀਂ ਪੱਗ ਨੂੰ ਬਹੁਤ ਬਖੂਬੀ ਤਰੀਕੇ ਦੇ ਨਾਲ ਰੀਪ੍ਰਜੈਂਟ ਕਰਦੇ ਹੋ, ਪਲੀਜ਼ ਜਿਹੜਾ ਮਾਣ ਤੁਸੀਂ ਇਹਦੇ ਲਈ ਵਧਾਇਆ, ਮੈਂ ਉਸ ਦੇ ਬਾਰੇ ਤੁਹਾਡਾ ਫੀਲ ਕੀ ਹੈ ਮੈਂ ਜ਼ਰੂਰ ਜਾਣਨਾ ਚਾਹਾਂਗੀ। ਮੈਂ ਤਾਂ ਜੀ ਇੱਦਾਂ ਦਾ ਸੀ ਸ਼ੁਰੂ ਤੋਂ, ਜੇ ਮੈਂ ਕਹਾਂ ਕਿ ਮੈਂ ਕੋਈ ਸੋਚ ਸਮਝ ਕੇ ਆਪਣੀ ਲੁੱਕ ਲੈ ਕੇ ਉੱਥੇ ਗਿਆ ਤਾਂ ਇਹ ਗਲਤ ਹੋਊਗਾ। ਮੈਂ ਨਹੀਂ ਮਾਣ ਵਧਾਇਆ, ਮਾਣ ਵਧਾਉਣ ਵਾਲੇ ਮੈਨੂੰ ਲੱਗਦਾ ਜੀ ਇਹਦੇ, ਇਹ ਜਿਹੜਾ ਇੱਕ ਟੋਪਿਕ ਆ ਜੀ, ਇਹ ਵਾਲਾ ਸਰਦਾਰੀ ਵਾਲਾ ਇੱਕ ਟੋਪਿਕ, ਇਹ ਮੈਨੂੰ ਲੱਗਦਾ ਫਿਲਮ ਵਾਲਾ ਜਿਹੜਾ ਮੰਚ ਆਪਾਂ ਜਿੱਥੇ ਗੱਲਾਂ ਕਰਦੇ ਪਏ, ਇਹ ਮੰਚ ਛੋਟਾ, ਇਹ ਟੋਪਿਕ ਬਹੁਤ ਵੱਡਾ। ਮੈਂ ਤਾਂ ਇੱਦਾਂ ਦਾ ਹੀ ਸੀ ਜੀ, ਅਤੇ ਮੈਂ ਇੱਦਾਂ ਦਾ ਹੀ ਚਲਾ ਗਿਆ ਮੈਂ ਜਿੱਥੇ ਸੀਗਾ ਜੀ, ਮੈਂ ਕੋਈ ਸੋਚ ਸਮਝ ਕੇ ਪਲੈਨ ਕਰਕੇ ਨਹੀਂ ਗਿਆ। ਮੈਂ ਸਕੂਲ ਪੱਗ ਬੰਨਦਾ ਹੀ ਸੀ, ਸਕੂਲ ਸਾਡੇ ਇਹ ਸੀ ਵੀ ਜੇ ਤੁਸੀਂ ਪੱਗ ਬੰਨਣੀ ਤਾਂ ਸਕੂਲ ਆਉਣਾ, ਨਹੀਂ ਤਾਂ ਸਕੂਲ ਨਹੀਂ ਆ ਸਕਦੇ। 8ਵੀਂ ਕਲਾਸ ਤੋਂ ਇਹ ਕਰ ਦਿੱਤਾ ਸੀ ਉਹਨਾਂ ਨੇ ਕਿ ਪੱਗ ਬੰਨ ਕੇ ਜਿਹੜਾ ਬੱਚਾ ਸਕੂਲ ਆਏਗਾ ਆਏਗਾ, ਨਹੀਂ ਤੁਸੀਂ ਸਕੂਲ ਨਹੀਂ ਆਉਣਾ। ਇਸ ਚੱਕਰ 'ਚ ਅਸੀਂ ਸਿੱਖ ਗਏ ਪੱਗ ਬੰਨਣੀ, ਅਤੇ ਮੈਂ ਫਿਰ ਉੱਦਾਂ ਹੀ ਸਟਾਰਟ ਕਰ ਲਿਆ ਆਪਣਾ ਮਿਊਜ਼ਿਕ ਕਰੀਅਰ। ਨਹੀਂ ਮੈਂ ਤਾਂ ਸਿਰਫ ਇਸ ਕਰਕੇ ਪੁੱਛਿਆ ਵੀ ਮੈਂ ਇੱਥੇ ਦੇਖ ਰਹੀ ਹਾਂ ਅਤੇ ਸੋਹਣੇ ਲੱਗ ਰਹੇ ਹੋ, ਔਰ ਸੋਹਣਾ ਤਾਂ ਮੈਂ ਲੱਗਦਾ ਜੀ, ਇੱਥੇ ਤਾਂ ਕੋਈ ਦੋ ਰਹਿ ਨਹੀਂ, ਇਹ ਤਾਂ ਗੱਲ ਪੱਕੀ ਹੈ। ਨਹੀਂ ਸਭ ਨੂੰ ਲੱਗਦੇ ਅਤੇ ਬਹੁਤ ਜ਼ਿਆਦਾ ਲੱਗਦੇ ਹੋ। ਨਹੀਂ ਮੇਰੇ ਇਹਦੇ ਪਿੱਛੇ ਗੱਲ ਕਰਨ ਦਾ ਇੱਕ ਹੋਰ ਮਕਸਦ ਸੀਗਾ, ਕਿਉਂਕਿ ਅਸੀਂ ਯੂਜੁਅਲੀ ਦੇਖਦੇ ਹਾਂ ਕਿ ਅਸੀਂ ਲੋਕ ਬੜੇ ਵੈਸਟਰਨਾਈਜ਼ ਹੋ ਚੁੱਕੇ ਹਾਂ, ਬੜੇ ਮਾਡਰਨਾਈਜ਼ ਹੋ ਚੁੱਕੇ ਹਾਂ, ਸਾਨੂੰ ਬ੍ਰਾਂਡਸ ਜਿਹੜੇ ਨੇ ਸਾਡੀ ਪਹਿਚਾਣ ਦਿਖਾਉਂਦੇ ਨੇ, ਜੋ ਕਿ ਇੱਕ ਮਿਥ ਬਣ ਗਈ ਹੈ ਲੋਕਾਂ ਦੀ, ਹੈ ਨਾ? ਬਟ ਤੁਸੀਂ, ਮੈਂ ਜੀ ਕੋਈ ਨਹੀਂ ਪਾਇਆ ਦੇਖੋ ਅੱਜ, ਹਾਂਜੀ ਕੋਈ ਇੱਕ ਬ੍ਰਾਂਡ ਦਾ ਵੀ ਚੰਗਾ ਨਹੀਂ ਪਾਇਆ। ਦਿਲਜੀਤ ਵੀਰੇ, ਇਹ ਤਾਂ ਚਲੋ ਇੰਟਰਵਿਊ ਹੈ, ਪਰ ਤੁਸੀਂ ਤਾਂ ਕੋਚੀਲਾ ਵਰਗੇ ਸ਼ੋਅ 'ਚ ਵੀ ਕੁੜਤਾ ਚਾਦਰਾ ਪਾ ਕੇ ਗਏ ਹੋ, ਕੁੜਤਾ ਚਾਦਰਾ ਪਾ ਕੇ ਦਸਤਾਰ ਸਜਾ ਕੇ ਗਏ, ਸੋ ਬਹੁਤ ਸਾਨੂੰ ਵਧੀਆ ਲੱਗਦਾ ਇਸ ਚੀਜ਼ ਨੂੰ ਲੈ ਕੇ। ਧੰਨਵਾਦ 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 ਜੀ। ਸੋ ਫਿਲਮ 'ਤੇ ਮੈਂ ਵਾਪਸ ਆਉਣਾ ਚਾਹਾਂਗੀ, ਮਿਊਜ਼ਿਕ ਕਿਸੇ ਵੀ ਫਿਲਮ ਦੀ ਰੀੜ ਦੀ ਹੱਡੀ ਹੁੰਦਾ, ਅਤੇ ਇਹ ਤਾਂ ਇੱਕ ਹੈ ਮਿਊਜ਼ੀਕਲ ਸਟੋਰੀ ਹੈਗੀ ਆ, ਅਸੀਂ ਦੇਖ ਸਕਦੇ ਹਾਂ ਇਹਦਾ ਇੱਕ ਪੱਖ ਇਹ ਰੱਖਦਾ। ਸੋ ਮਿਊਜ਼ਿਕ ਬਾਰੇ ਜ਼ਰੂਰ, ਕੀ ਤੁਹਾਡਾ ਦੋਨਾਂ ਦਾ ਜਿਹੜਾ ਸੰਗੀਤ ਹੈ ਇਹ ਇਸੇ ਤਰ੍ਹਾਂ ਕੰਟੀਨਿਊ ਦੇਖਿਆ ਜਾ ਸਕਦਾ? ਹਾਂਜੀ, ਨਿਮਰਤ ਹੋਣਾ ਦੀ ਇੱਕ ਟੇਪ ਆ ਰਹੀ, ਉਹ 'ਚ ਵੀ ਮੇਰਾ ਇੱਕ ਡੂਇਟ ਹੈਗਾ ਇਹਨਾਂ ਦੇ ਨਾਲ। ਵਾਓ, ਔਰ ਉਹ ਵੀ ਟਰੂ ਸਕੂਲ ਹੋਣਾ ਦੀ ਨੇ ਕੀਤੀ ਐਲਬਮ ਜੀ। ਨਿਮਰਤ, ਤੁਹਾਡਾ ਕਿਹੜਾ ਫੇਵਰਿਟ ਗਾਣਾ ਇਸ ਫਿਲਮ ਦਾ? ਚੰਨ ਵਰਗੀ ਤੂੰ ਬਾਤਾਂ ਪਾਉਣ ਲਾਤੀ ਵੇ, ਇੱਦਾਂ ਹੀ ਬੋਲ ਕੇ ਹੀ ਦੱਸੋਗੇ? ਸੁਣਾਵਾਂਗੇ ਅਸੀਂ ਜੋੜੀ ਤੇਰੀ ਮੇਰੀ। ਹਾਂਜੀ ਠੀਕ ਹੈ, ਸੁਣਾਓ ਲਾਈਨ, ਸੁਣਾ ਹੁੱਕ ਲਾਈਨ ਸੁਣਾਓ। ਹੋ ਜੋੜੀ ਤੇਰੀ ਮੇਰੀ, ਉਹ ਜਿਵੇਂ ਕੋਕਾ ਕੋਲਾ ਨਾਲ ਸੋਫੀਆ ਦਾਰੂ ਦੀ, ਹਾਏ ਜੋੜੀ ਤੇਰੀ ਮੇਰੀ। ਕੁੜੀ ਪੱਟ ਲਈ ਗੱਭਰੂਆ, ਗੱਲਾਂ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਕਰਕੇ ਵੇ, ਕੁੜੀ ਪੱਟ ਲਈ ਗੱਭਰੂਆ। ਬਹੁਤ ਪਿਆਰਾ, ਬਹੁਤ ਖੂਬ। ਜਦੋਂ ਅਸੀਂ ਇਹ ਮਿਊਜ਼ਿਕ ਸੁਣਦੇ ਹਾਂ ਨਾ, ਤਾਂ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਨਾ ਬਹੁਤ ਬਾਅਦ ਵਿੱਚ ਮਤਲਬ ਇਹ ਚੀਜ਼ਾਂ ਨੂੰ ਦੇਖਣਾ ਸ਼ੁਰੂ ਕੀਤਾ, ਅਸੀਂ ਉਦੋਂ ਕਿਉਂ ਉੱਥੇ ਨਹੀਂ ਸੀਗੇ, ਮਤਲਬ ਇੰਨਾ ਫਰੈਸ਼ ਹੈ। ਸੋ ਤੁਸੀਂ ਤਾਂ ਆਰਟਿਸਟ ਹੋ, ਤੁਸੀਂ ਤਾਂ ਸੁਣਦੇ ਆਏ ਹੋ, ਖੁਦ ਜਦੋਂ ਇਹ ਮਿਊਜ਼ਿਕ ਕ੍ਰੀਏਟ ਕੀਤਾ ਜਾ ਰਿਹਾ ਸੀ ਜਾਂ ਤੁਸੀਂ ਗਾ ਰਹੇ ਸੀਗੇ, ਅਤੇ ਉਹ ਜ਼ੋਨ ਦਿਲਜੀਤ ਕਿਹੋ ਜਿਹਾ ਹੈਗਾ? ਉਹ ਮੇਰਾ ਫੇਵਰਟ ਪਾਰਟ ਹੁੰਦਾ ਜੀ, ਮਿਊਜ਼ਿਕ ਪਾਰਟ ਜੀ। ਮਤਲਬ 2019 ਦੀ 18 ਦੀ ਗੱਲ ਹੈ, 2018 'ਚ ਮੈਂ ਗਿਆ ਸੀ ਇੰਗਲੈਂਡ, ਅਤੇ ਮੈਂ ਇਹੀ ਕਿਹਾ ਸੀ ਫਿਲਮ ਵਾਲਿਆਂ ਨੂੰ ਕਿ ਮਿਊਜ਼ਿਕ ਮੈਨੂੰ ਦੇ ਦਿਓ, ਮਿਊਜ਼ਿਕ ਮੈਂ ਆਪਣੀ ਮਰਜ਼ੀ ਨਾਲ ਬਣਾਉਣਾ ਚਾਹੁੰਦਾ, ਅਤੇ ਬਾਕੀ ਤੁਸੀਂ ਆਪਣਾ ਕੰਮ ਜੋ ਕਰਨਾ ਤੁਸੀਂ ਕਰ ਲਓ। ਕਿਹਾ ਵੀ ਇੱਦਾਂ ਦਾ ਮਿਊਜ਼ਿਕ ਬਣਾਉਣ ਦਾ ਮੌਕਾ ਵਾਰ ਵਾਰ ਨਹੀਂ ਮਿਲਦਾ। ਦੈਨ ਮੈਂ ਟਰੂ ਸਕੂਲ ਭਾਈ ਨੂੰ ਫੋਨ ਕੀਤਾ, ਅਤੇ ਮੈਂ ਕਿਹਾ ਵੀ ਇੱਦਾਂ ਦੀ ਇੱਕ ਫਿਲਮ ਆ, ਮੈਂ ਅੱਗੇ ਵੀ ਉਹਨੂੰ ਪੰਜਾਬ 1984 ਇੱਕ ਫਿਲਮ ਬਣਾਈ ਸੀ, ਉਦੋਂ ਵੀ ਮੈਂ ਕਿਹਾ ਸੀ ਉਹਨਾਂ ਨੂੰ, ਅਤੇ ਉਹਨਾਂ ਦਾ ਆਪਣਾ ਜ਼ੋਨ ਆ ਮਿਊਜ਼ਿਕ ਦਾ, ਉਹ ਹਰ ਫਿਲਮ ਦਾ ਮਿਊਜ਼ਿਕ ਹਰ ਐਲਬਮ ਨਹੀਂ ਕਰਨਾ ਚਾਹੁੰਦੇ ਹੁੰਦੇ। ਮੈਨੂੰ ਲੱਗਾ, ਮੈਂ ਕਿਹਾ ਯਾਰ ਆਹ ਫਿਲਮ ਇੱਦਾਂ ਦੀ ਹੈ, ਇਹਦਾ ਮਿਊਜ਼ਿਕ ਮੈਨੂੰ ਲੱਗਦਾ ਤੁਸੀਂ ਕਰ ਸਕਦੇ, ਹੋਰ ਕੋਈ ਕਰ ਨਹੀਂ ਸਕਦਾ। ਅਤੇ ਦੈਨ ਉਹਨਾਂ ਨੂੰ ਮੈਂ ਕਹਾਣੀ ਸੁਣਾਈ, ਉਹਨੂੰ ਵਧੀਆ ਲੱਗੀ, ਉਹ ਕਹਿੰਦਾ ਓਕੇ ਚਲੋ ਮੈਂ ਕਰਦਾ। ਦੈਨ ਫਿਰ ਮੈਂ ਭਾਜੀ ਕੋਲ ਗਿਆ, ਫਿਰ ਮੈਂ ਉੱਥੇ ਰਿਹਾ 1.5 ਮਹੀਨਾ,
ਦੈਨ ਅਸੀਂ ਹਾਂ ਡੇਢ ਕੁ ਮਹੀਨਾ ਰਿਹਾ ਹੁੰਦਾ, ਦੈਨ ਅਸੀਂ ਮਿਊਜ਼ਿਕ ਕੰਪੋਜ਼ ਤੋਂ ਲੈ ਕੇ ਰਾਜ ਭਾਅ ਜੀ, ਰਣਜੋਤ ਭਾਅ ਜੀ, ਹੈਪੀ ਭਾਅ ਜੀ, ਅਸੀਂ ਸਾਰੇ ਰੋਜ਼ ਫੋਨ 'ਤੇ ਹੁੰਦੇ ਸੀ ਵੀ ਅੱਜ ਆਹ ਕੰਪੋਜ਼ ਬਣਾ ਰਹੇ ਹਾਂ, ਜਾਂ ਗਾਣਾ ਬਣ ਰਿਹਾ। ਇਹ ਮੇਰਾ ਫੇਵਰੇਟ ਪਾਰਟ ਸੀ ਫਿਲਮ ਦਾ ਜਦੋਂ ਮਿਊਜ਼ਿਕ ਬਣ ਰਿਹਾ ਸੀ। ਓਕੇ ਜੀ, ਸੋ ਫਿਲਮ ਦੇ ਲਈ ਤਾਂ ਤੁਹਾਨੂੰ ਬਹੁਤ ਮੁਬਾਰਕਬਾਦ ਹੈ ਹੀ ਹੈ। ਮੈਂ ਦੇਖਿਆ ਵੀ ਕੁਕਿੰਗ ਕਲਾਸਿਸ ਵੀ ਨਾਲ ਨਾਲ ਚੱਲ ਰਹੀਆਂ ਨੇ, ਫਿਰ ਕਿਹਨੇ ਕਿਹਨੂੰ ਜ਼ਿਆਦਾ ਦੱਸਿਆ ਕੁਕਿੰਗ ਬਾਰੇ? ਇਹਨੇ ਮੈਨੂੰ ਦੱਸਿਆ ਜੀ। ਅੱਛਾ, ਮੈਂ ਨਾ ਇੱਕ ਸਕਰੋਲ ਕਰਦੇ ਕਰਦੇ ਇੱਕ ਵੀਡੀਓ ਵੇਖੀ, ਉਹ ਮਤਲਬ ਬਣਾਉਂਦੇ ਨੇ ਸੋਸ਼ਲ ਮੀਡੀਆ 'ਤੇ, ਅਤੇ ਉਹਨਾਂ ਵੀ ਮਜ਼ਾਕ 'ਚ ਕਹਿ ਰਹੇ ਸੀ ਵੀ ਕਹਿੰਦੇ ਦਿਲਜੀਤ ਜੀ ਨੇ ਮੇਰੇ ਘਰੇ ਕਲੇਸ਼ ਪਾਇਆ ਹੋਇਆ ਕਿ ਮੇਰੀ ਸੱਸ ਕਹਿੰਦੀ ਵੀ ਉਹ ਐਡਾ ਵੱਡਾ ਕਲਾਕਾਰ ਹੋ ਕੇ ਬਨ ਸਵੰਨੀਆਂ ਚੀਜ਼ਾਂ ਬਣਾਉਂਦਾ, ਤੂੰ ਸਾਨੂੰ ਰੋਜ਼ ਦਾਲ ਫੁਲਕਾ ਖਵਾ ਦਿੰਦੀ ਆ, ਅਤੇ ਕਹਿੰਦੀ ਮੈਨੂੰ ਉਹਨਾਂ ਦੀ ਵੀਡੀਓਜ਼ ਦੇਖ ਕੇ ਦੇਖਣਾ ਪੈਂਦਾ ਵੀ ਮੈਂ ਅੱਜ ਕੀ ਬਣਾਉਣਾ। ਸੋ ਕੁਕਿੰਗ ਦਾ ਵੀ ਸ਼ੌਂਕ ਰੱਖਦੇ ਹੋ ਤੁਸੀਂ? ਮੈਂ ਛੱਡਤਾ ਜੀ। ਉਹ ਤਾਂ ਉਦੋਂ ਜਦੋਂ ਵਿਹਲੇ ਸੀ ਕਰੋਨਾ ਦੇ ਵਿੱਚ ਉਦੋਂ ਬਣਾਏ ਸੀ, ਹੁਣ ਨਹੀਂ, ਮੈਂ ਰੋਜ਼ ਰੋਜ਼ ਨਹੀਂ ਬਣਾਉਂਦਾ। ਰਾਈਟ, ਸੋ ਦਿਲਜੀਤ ਸਾਰੇ ਜਾਣਦੇ ਆ ਕਿ ਕਲਾਕਾਰ ਵੀ ਇਨਸਾਨ ਹੁੰਦਾ ਔਰ ਜ਼ਿਆਦਾ ਕੂਲੇ ਦਿਲ ਵਾਲਾ ਹੁੰਦਾ ਹੈ। ਸਾਰੇ ਹੁੰਦੇ ਨਹੀਂ, ਬਹੁਤ ਸਾਰੇ ਇਨਸਾਨ ਨਹੀਂ ਵੀ ਹੁੰਦੇ। ਹਾਂ, ਬਹੁਤ ਇਨਸੈਂਸਿਟਿਵ ਵੀ ਹੁੰਦੇ ਨੇ, ਮੈਂ ਤਾਂ ਓਪਨਲੀ ਕਹਿੰਦੀ ਹਾਂ। ਹਾਂਜੀ, ਕਿ ਮਤਲਬ ਨਹੀਂ ਸਮਝ ਪਾਉਂਦੇ ਕਿ ਅਗਲਾ ਇਨਸਾਨ ਜਿਹੜਾ ਹੈ ਵੀ ਉਹ ਵੀ ਦੁਖੀ ਹੋ ਸਕਦਾ ਹੈ, ਅਸੀਂ ਉਹਨੂੰ ਵੀ ਹਰਟ ਕਰ ਸਕਦੇ ਹਾਂ। ਅੱਛਾ, ਮੈਂ ਦੂਜੀ ਤਰੀਕੇ ਨਾਲ, ਠੀਕ ਹੈ ਠੀਕ ਹੈ। ਮੈਂ ਇਸ ਕਰਕੇ ਗੱਲ ਕਰ ਰਹੀ ਹਾਂ ਕਿਉਂਕਿ ਅਸੀਂ ਬਹੁਤ ਸੌਖੇ ਤਾਣੀ ਕੁਝ ਵੀ ਬੋਲ ਦਿੰਦੇ ਹਾਂ, ਤੁਸੀਂ ਜੋ ਮੁਕਾਮ ਹਾਸਿਲ ਕੀਤਾ ਉਹਦੇ ਵਿੱਚ ਜਿਹੜੀ ਕੰਸਿਸਟੈਂਸੀ ਬਣਾ ਕੇ ਰੱਖੀ ਆ ਉਹ ਅਪਰੀਸ਼ੀਏਬਲ ਹੈ। ਔਰ ਉਸੇ 'ਤੇ ਚੱਲਦੇ ਕਿ ਮੈਡੀਟੇਸ਼ਨ ਵੱਲ ਹੋਣਾ ਆਪਣੇ ਆਪ ਨੂੰ ਨੈਗੇਟਿਵਿਟੀ ਤੋਂ ਦੂਰ ਰੱਖਣ ਲਈ ਹੈ ਕਿ ਦਿਲਜੀਤ ਬ੍ਰੇਕਡਾਊਨ ਹੋ ਕੇ ਵੀ ਸਟਰੋਂਗ ਬਣਿਆ ਰਹੇ? ਦਿਲਜੀਤ ਨਹੀਂ, ਇਹ ਜਿਹੜਾ ਤੁਸੀਂ ਵਰਡ ਯੂਜ਼ ਕੀਤਾ ਮੈਡੀਟੇਸ਼ਨ ਜਾਂ ਮੈਡੀਟੇਟ, ਜਿਹੜੀ ਤੁਹਾਡੀ ਸਟੇਟ ਆ, ਬਹੁਤ ਵਧੀਆ ਜੇ ਕਿਸੇ ਨੇ ਸਟਾਰਟ ਕਰਨਾ। ਮੇਰਾ ਐਕਸਪੀਰੀਅੰਸ ਹੋ ਰਿਹਾ ਜਿਹੜਾ ਕਿ ਮੈਂ ਸ਼ਾਇਦ ਨਹੀਂ ਦੱਸ ਸਕਦਾ, ਅਤੇ ਉਹ ਮੇਰੀ ਮਰਜ਼ੀ ਨਹੀਂ ਹੈ। ਹੁਣ ਪਹਿਲਾਂ ਮੈਨੂੰ ਪਤਾ ਨਹੀਂ ਸੀ, ਹੁਣ ਮੇਰੀ ਮਰਜ਼ੀ ਨਹੀਂ, ਮੈਂ ਇਹੀ ਕਿਹਾ ਕਿ ਵੀ ਇੱਕ ਵਾਰੀ ਮੈਨੂੰ ਨਹੀਂ ਪਤਾ ਸੀ ਇਹ ਕੀ ਚੀਜ਼ ਹੈ, ਅਤੇ ਹੁਣ ਮੇਰੀ ਮਰਜ਼ੀ ਨਹੀਂ ਹੈ, ਮੇਰੇ 'ਤੇ ਡਿਪੈਂਡ ਹੀ ਨਹੀਂ ਹੈ ਇਹ। ਹਾਂਜੀ, ਮੈਂ ਤੁਹਾਨੂੰ ਵੀ ਇਹ ਕੰਪਲੀਮੈਂਟ ਦੇਣਾ ਚਾਹੁੰਦਾ, ਮੈਂ ਜਿੱਥੇ ਮਰਜ਼ੀ ਬੈਠੀ ਹੋਈ ਅਸੀਂ ਦੁਨੀਆ 'ਤੇ, ਅਸੀਂ ਪੰਜਾਬ ਬਾਰੇ, ਆਪਣੇ ਦੇਸ਼ ਬਾਰੇ ਅਸੀਂ ਸੁਣਦੇ ਰਹਿੰਦੇ ਹਾਂ, ਚਿੰਤਤ ਵੀ ਰਹਿੰਦੇ ਹਾਂ, ਪੜ੍ਹਦੇ ਵੀ ਰਹਿੰਦੇ ਹਾਂ। ਬੰਦਾ ਕਿਤੇ ਵੀ ਬੈਠ, ਕਲਾਕਾਰ ਕਦੇ ਕਿਤੇ ਹੁੰਦਾ, ਕਦੇ ਕਿਤੇ ਹੁੰਦਾ। ਇਹ ਵੀ ਮੈਂ ਸਮਝਦਾ ਕਿ ਜਿਹੜਾ ਮਾਧਿਅਮ ਆ ਇਹ ਸ਼ੋ ਬਿਜ਼ਨਸ ਆ, ਤਾਂ ਓਬਵੀਅਸਲੀ ਹਰ ਬੰਦੇ ਨੂੰ ਹੁੰਦਾ ਕਿ ਸਾਡੇ ਚੈਨਲ ਦੇ ਜਿਹੜੇ ਵੀਡੀਓਜ਼ ਆ ਉਹਦੇ ਲਾਈਕਸ ਅਤੇ ਕਮੈਂਟਸ ਜ਼ਿਆਦਾ ਹੋਣ, ਇਹ ਵੀ ਚਲੋ ਨੈਚੁਰਲੀ ਗੱਲ ਹੈ ਜੀ। ਪਰ ਮੈਂ ਤੁਹਾਡੀਆਂ ਇੰਟਰਵਿਊਜ਼ ਬਹੁਤ ਸਾਰੇ ਆਰਟਿਸਟਾਂ ਨਾਲ ਮੈਂ ਕਲਿਪਸ ਦੇਖੇ ਆ, ਤੁਸੀਂ ਆਲਵੇਜ਼ ਪੋਜ਼ਿਟਿਵ ਗੱਲ ਕਰਦੇ ਹੋ। ਥੈਂਕ ਯੂ। ਆਲਵੇਜ਼ ਪੋਜ਼ਿਟਿਵ, ਜਿੱਥੇ ਨੈਗੇਟਿਵ ਵੀ ਹੁੰਦਾ ਕ੍ਰੀਏਟ ਕਰਨ ਦੀ ਕੋਸ਼ਿਸ਼, ਤੁਸੀਂ ਉੱਥੇ ਵੀ ਪੋਜ਼ਿਟਿਵ ਤੁਹਾਡੇ ਕੁਐਸਚਨਸ ਹੁੰਦੇ ਨੇ ਆਲਵੇਜ਼। ਮੈਂ ਕਦੇ ਤੁਹਾਡਾ ਇਦਾਂ ਦੀ ਚੀਜ਼ ਦੇਖੀ ਨਹੀਂ ਕਿ ਤੁਸੀਂ ਹਲਕੀ ਸ਼ੋਹਰਤ ਲੈਣ ਦੇ ਲਈ, ਕਿਸੇ ਨੂੰ ਪ੍ਰੋਵੋਕ ਕਰਨ ਦੇ ਲਈ ਕੋਈ ਗੱਲ ਕੀਤੀ ਹੋਵੇ। ਸੋ ਇਹ ਤੁਹਾਡੇ ਹਿੱਸੇ ਆਈ ਹੈ, ਇਹ ਤੁਹਾਡੇ ਮਾਤਾ ਜੀ ਨੂੰ ਵੀ ਇਸ ਚੀਜ਼ ਦੀ ਵਧਾਈ ਹੈ, ਅਤੇ ਤੁਹਾਨੂੰ ਵੀ ਇਸ ਚੀਜ਼ ਦੀ ਵਧਾਈ। ਥੈਂਕ ਯੂ ਵੀਰੇ, ਥੈਂਕ ਯੂ ਸੋ ਮੱਚ, ਅਤੇ ਬਹੁਤ ਸਾਰੀਆਂ ਦੁਆਵਾਂ ਨੇ ਤੁਸੀਂ, ਮਤਲਬ ਇਨਸਾਨ ਕਈ ਵਾਰ ਬੋਲ ਕੇ ਨਹੀਂ ਦੱਸ ਸਕਦਾ, ਬਟ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਕੰਪਲੀਮੈਂਟ ਮੇਰੇ ਲਈ ਤੁਹਾਡੇ ਮੂੰਹ ਚੋਂ ਨਿਕਲਿਆ, ਇਸ ਕਰਕੇ ਬਹੁਤ ਵੱਡਾ ਮਾਣ ਹੈ ਮੇਰੇ ਲਈ। ਮੈਨੂੰ ਇੱਦਾਂ ਲੱਗਦਾ ਕਿ ਸਫਲ ਹੋਈ ਹਾਂ ਮੈਂ ਅੱਜ। ਸੋ ਥੈਂਕ ਯੂ ਸੋ ਮੱਚ, ਅਤੇ ਨਿਮਰਤ ਤੁਹਾਨੂੰ ਵੀ ਆਲ ਦਾ ਬੈਸਟ ਹੈ, ਕਿਉਂਕਿ ਤੁਹਾਡਾ ਜਿਹੜਾ ਸੁਪਨਾ ਪੂਰਾ ਹੋਇਆ ਮੈਂ ਸਮਝ ਸਕਦੀ ਹਾਂ ਇੱਕ ਕੰਪਲੀਮੈਂਟ ਦੇ ਨਾਲ ਹੀ, ਕਿ ਕਿੰਨਾ ਅੱਛਾ ਲੱਗਦਾ ਔਰ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਜਦੋਂ ਸੁਪਨੇ ਪੂਰੇ ਹੁੰਦੇ ਆ। ਸੋ ਦੋਨਾਂ ਨੂੰ ਬਹੁਤ ਸਾਰਾ ਪਿਆਰ, ਇਸੇ ਤਰ੍ਹਾਂ ਅੱਛਾ ਕੰਮ ਕਰਦੇ ਰਹੋ ਅਤੇ ਮਾਣ ਵਧਾਉਂਦੇ ਰਹੋ, ਅਤੇ ਬਹੁਤ ਸ਼ੁਕਰੀਆ। ਥੈਂਕ ਯੂ, ਥੈਂਕ ਯੂ।
ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹਮੇਸ਼ਾ ਖੁਦ ਵੀ ਪੋਜ਼ਿਟਿਵ ਰਹੋ ਅਤੇ ਦੂਜਿਆਂ ਨੂੰ ਵੀ ਦੇਖਣ ਦਾ ਨਜ਼ਰੀਆ ਪੋਜ਼ਿਟਿਵ ਰੱਖੋ। ਕਲਾਕਾਰ ਬਹੁਤ ਮਿਹਨਤ ਦੇ ਨਾਲ ਅੱਗੇ ਵੱਧਦੇ ਨੇ, ਤੁਹਾਨੂੰ ਨਹੀਂ ਪਤਾ ਹੁੰਦਾ ਕਿ ਉਹ ਕਿਹੜੀਆਂ ਚੀਜ਼ਾਂ ਕਿਹੜੇ ਉਤਾਰ ਚੜਾਵ ਤੋਂ ਬਾਅਦ ਇੱਥੋਂ ਤੱਕ ਪਹੁੰਚਦੇ ਨੇ। ਸੋ ਕੀਪ ਸਪੋਰਟਿੰਗ ਐਂਡ ਕੀਪ ਵਾਚਿੰਗ ਸਨੇ ਪੰਜਾਬੀ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ। ਕੀਪ ਸਮਾਈਲਿੰਗ, ਸਟੇ ਪੋਜ਼ਿਟਿਵ। ਸਤਿ ਸ਼੍ਰੀ ਅਕਾਲ।